ਸਾਡੀਆਂ ਜ਼ਮੀਰਾਂ ਮਰ ਗਿਆ ਸੀ ਨਾ, ਹੁਣ ਸਾਨੂੰ ਜਾਗਦੇ ਜ਼ਮੀਰਾਂ ਵਾਲੇ ਬਣਾ ਗਿਆ ਦੀਪ ਸਿੱਧੂ। ਸ਼ਰਧਾਂਜਲੀ ਉਹਦੇ ਵਾਸਤੇ ਇਹੋ ਹੀ ਆ ਕਿ ਉਹ ਘਰ ਘਰ ਦੀਪ ਜਗਾ ਗਿਆ। ਉਹ ਕੱਲਾ ਗਿਆ ਨਹੀਂ ਕਿਤੇ, ਉਹ ਘਰ ਘਰ ਪੈਦਾ ਹੋ ਗਿਆ। ਸ਼ਹੀਦੀਆਂ ਹੀ ਦੇਣੀਆਂ ਪੈਂਦੀਆਂ ਨੇ, ਪਰ ਇਹ ਕੌਮ ਹਮੇਸ਼ਾ ਜੜਦੀ ਕਲਾ ਦੇ। ਜੋ ਸਾਡੇ ਨਹੀਂ ਸੀਗੇ ਇੱਕ ਝੰਡੇ ਥੱਲੇ ਆਉਂਦੇ, ਉਹਨਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਨ ਵਾਸਤੇ ਜੋ ਉਹਨੇ ਉਤਸ਼ਾਹ ਕੀਤਾ, ਉਹਦੇ ਵਾਸਤੇ ਅੱਜ ਇੰਨੀ ਸੰਗਤ ਉਹਦੇ ਇੱਕ ਝੰਡੇ ਥੱਲੇ ਅੱਜ ਇਕੱਠੀ ਹੋ ਰਹੀ। ਕਿੱਥੋਂ ਆਏ ਜੀ? ਅਸੀਂ ਅੰਮ੍ਰਿਤਸਰ ਤੋਂ। ਅੰਮ੍ਰਿਤਸਰ ਤੋਂ ਆਏ ਹੋ ਤੁਸੀਂ, ਅਤੇ ਅੱਜ ਆਪਾਂ ਇੱਥੇ ਇੱਕ ਭਾਵੁਕਤਾ ਵਾਲਾ ਮਾਹੌਲ ਬਣਿਆ ਹੋਇਆ ਹੈ, ਅਤੇ ਇੱਕ ਆਪਾਂ ਸ਼ਰਧਾਂਜਲੀ ਭੇਂਟ ਕਰਨ ਰਹੇ ਹਾਂ ਜੋ ਕਿ ਯੋਧਾ ਜੋ ਕਾਫੀ ਦਿਨ ਪਹਿਲਾਂ ਸਾਡੇ ਤੋਂ ਅਲੱਗ ਹੋ ਗਿਆ ਸੀ, ਦੁਨੀਆਂ ਤੋਂ ਰਖਸਤ ਹੋ ਗਿਆ ਸੀ। ਅਤੇ ਸ਼ਰਧਾਂਜਲੀ ਦੇ ਦੋ ਸ਼ਬਦ ਕਹਿਣੇ ਹੁਣ ਤੱਕ, ਕਿਵੇਂ ਸੁਸ਼ੀ ਇਸ ਯੋਧੇ ਨੂੰ ਸ਼ਰਧਾਂਜਲੀ ਦਿਓਗੇ ਤੁਸੀਂ? ਸ਼ਰਧਾਂਜਲੀ ਉਹਦੇ ਵਾਸਤੇ ਇਹੋ ਹੀ ਆ ਕਿ ਉਹ ਘਰ ਘਰ ਦੀਪ ਜਗਾ ਗਿਆ। ਉਹ ਇਕੱਲਾ ਗਿਆ ਨਹੀਂ ਕਿਤੇ, ਉਹ ਘਰ ਘਰ ਪੈਦਾ ਹੋ ਗਿਆ। ਬੱਚੇ ਬੱਚੇ ਨੂੰ ਦੀਪ ਦਾ ਪਤਾ ਲੱਗ ਗਿਆ, ਤੇ ਸਾਨੂੰ ਆਪਣੀ ਕੌਮ ਸੁੱਤੀ ਨੂੰ ਵਾਲੇ ਬਣਾ ਗਿਆ। ਸਾਡੀਆਂ ਜ਼ਮੀਰਾਂ ਮਰ ਗਈਆਂ ਸੀ ਨਾ, ਹੁਣ ਸਾਨੂੰ ਜਾਗਦੇ ਜ਼ਮੀਰਾਂ ਵਾਲੇ ਬਣਾ ਗਿਆ ਦੀਪ ਸਿੱਧੂ। ਘਰ ਘਰ ਦੀਪ ਜਗਾ ਗਿਆ, ਉਹਨੂੰ ਇਨਸਾਫ ਮਿਲੇਗਾ। ਤੇ ਅਸੀਂ ਆਪਣੀ ਕੌਮ ਦੀ ਚੜ੍ਹਦੀ ਕਲਾ, ਹਮੇਸ਼ਾ ਹੀ ਕੌਮ ਹੈ ਚੜ੍ਹਦੀ ਕਲਾ 'ਚ ਹੈ। ਬੇਸ਼ੱਕ ਸਾਡਾ ਇਤਿਹਾਸ ਸ਼ਹੀਦੀਆਂ ਦਾ ਹੀ ਹੈ, ਸ਼ਹੀਦੀਆਂ ਹੀ ਦੇਣੀਆਂ ਪੈਂਦੀਆਂ ਨੇ, ਪਰ ਇਹ ਕੌਮ ਹਮੇਸ਼ਾ ਚੜ੍ਹਦੀ ਕਲਾ ਦੇ। ਜੇ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਸ਼ਹੀਦ ਹੋ ਗਏ ਸੀ, ਤੇ ਇਹ ਵੀ ਉਹ ਉਦਾਂ ਦਾ ਹੀ ਸ਼ਹੀਦ ਆ। ਤੇ ਹਮ ਬਹੁਤ ਦੀਪ ਪੈਦਾ ਹੋਏ ਨੇ, ਤੇ ਇਨਸਾਫ ਮਿਲੇਗਾ ਪਰਮਾਤਮਾ, ਚੜ੍ਹਦੀ ਕਲਾ ਸਾਡੀ ਸਿਰਫ ਕੌਮ ਨੂੰ ਇਨਸਾਫ ਮਿਲੇਗਾ। ਬਹੁਤ ਬਹੁਤ ਸ਼ੁਕਰੀਆ ਜੀ। ਕੀ ਨਾਂ ਹੈ ਜੀ ਤੁਹਾਡਾ? ਮੇਰਾ ਨਾਂ ਗੁਰਜੀਤ ਕੌਰ ਆ ਜੀ। ਮਾਤਾ ਜੀ ਤੁਸੀਂ ਕਿੱਥੋਂ ਆਏ ਹੋ? ਅਸੀਂ ਦਸੂਏ ਤੋਂ ਆਏ, ਹੁਸ਼ਿਆਰਪੁਰ ਜ਼ਿਲ੍ਹਾ ਸਾਡਾ। ਅਤੇ ਮੈਂ ਅੱਜ ਇੱਕ ਦੁੱਖ ਦੀ ਘੜੀ ਹੈ ਕਿ ਆਪਣਾ ਇੱਕ ਸਾਡਾ ਯੋਧਾ ਜਿਹੜਾ ਹੈਗਾ ਉਹ ਦੁਨੀਆਂ ਤੋਂ ਰੁਖਸਤ ਹੋ ਚੁੱਕਾ ਹੈ, ਅਤੇ ਜੇ ਸ਼ਰਧਾਂਜਲੀ ਦੇਣੀ ਹੋਵੇ, ਸ਼ਰਧਾ ਦੇ ਦੋ ਸ਼ਬਦ ਕਹਿਣੇ ਹੋਣ, ਤਾਂ ਤੁਸੀਂ ਕਿਹਨਾਂ ਸ਼ਬਦਾਂ 'ਚ ਉਹਨਾਂ ਨੂੰ ਉਸ ਸ਼ਖਸੀਅਤ ਨੂੰ ਬਿਆਨ ਕਰੋਗੇ? ਅਸੀਂ ਜੀ ਉਹਨੂੰ ਇੱਦਾਂ ਦਾ ਯੋਧਾ ਸੀ, ਅਸੀਂ ਉਹਨੂੰ ਭੁੱਲ ਨਹੀਂ ਸਕਦੇ। ਉਹ ਸਾਡੀਆਂ ਸੁੱਤੀਆਂ ਹੋਈਆਂ ਜ਼ਮੀਰਾਂ ਜਗਾ ਕੇ ਆਪ ਤਾਂ ਇਸ ਦੇਸ਼ ਤੋਂ ਚਲਾ ਗਿਆ, ਪਰ ਸਾਨੂੰ ਆਪਣੀ ਸਿੱਖੀ ਵਾਸਤੇ ਦੱਸ ਗਿਆ ਕਿ ਅਸੀਂ ਕੀ ਚੀਜ਼ ਹਾਂ। ਇੱਕ ਸ਼ਖਸੀਅਤ ਸੀ ਦੀਪ ਸਿੱਧੂ, ਜਿਹਨੇ ਪੰਜਾਬ ਲਈ ਅਤੇ ਪੰਜਾਬੀਅਤ ਲਈ ਆਪਣੀ ਆਵਾਜ਼ ਜਿਹੜੀ ਉਹ ਬੁਲੰਦ ਕੀਤੀ ਸੀਗੀ, ਅਤੇ ਕਿਹੜੇ ਕਿਹੜੇ ਉਹਦੀ ਸ਼ਖਸੀਅਤ ਦੇ ਇਹ ਪਹਿਲੂ ਸੀ ਜਿਨ੍ਹਾਂ ਨੇ ਤੁਹਾਨੂੰ ਪ੍ਰਭਾਵਿਤ ਕੀਤਾ? ਸਾਨੂੰ ਜੀ ਜਿਹੜਾ ਸਾਡਾ ਉਹ ਸਿੱਖੀ ਵਾਸਤੇ ਪ੍ਰਚਾਰ ਕਰਦਾ ਸੀ, ਜੋ ਸਾਡੇ ਨਹੀਂ ਸੀਗੇ ਇੱਕ ਝੰਡੇ ਥੱਲੇ ਆਉਂਦੇ, ਉਹਨਾਂ ਨੂੰ ਇੱਕ ਥਾਂ 'ਤੇ ਇਕੱਠੇ ਕਰਨ ਵਾਸਤੇ ਜੋ ਉਹਨੇ ਉਤਸ਼ਾਹ ਕੀਤਾ, ਉਹਦੇ ਵਾਸਤੇ ਅੱਜ ਇੰਨੀ ਸੰਗਤ ਉਹਦੇ ਇੱਕ ਝੰਡੇ ਥੱਲੇ ਅੱਜ ਇਕੱਠੇ ਹੋ ਰਹੇ ਹਾਂ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਜੀ।